ਕਿ ਦੁਨੀਆ ਦੇ ਵਿੱਚ ਪੰਜਾਬੀਆਂ ਨਾਲੋਂ ਵਧੇਰੇ ਇੱਜ਼ਤ ਜਿਹੜੀ ਆ ਚੀਨੀਆਂ ਦੀ ਹੈ। ਚੀਨੀ ਜਿਹੜੇ ਹਨ ਉਹ ਮਿਹਨਤੀ ਹਨ, ਸਾਊ ਹਨ ਅਤੇ ਉਹਨਾਂ ਦੀ ਜੀਵਨ ਜਾਚ ਜਿਹੜੀ ਹੈ ਬੜੇ ਸਲੀਕੇ ਵਾਲੀ ਹੈ। ਪੰਜਾਬੀ ਸ਼ੋਰ ਪਾਉਂਦੇ ਹਨ, ਲੜਦੇ ਹਨ, ਝਗੜਦੇ ਹਨ। ਗੁਰਦੁਆਰਿਆਂ ਦੇ ਵਿੱਚ ਇਹਨਾਂ ਦੇ ਡੰਗਲ ਹੁੰਦੇ ਹਨ। ਸੋ ਇਹਨਾਂ ਗੱਲਾਂ ਤੋਂ ਉੱਪਰ ਉੱਠਣ ਦੀ ਲੋੜ ਹੈਗੀ ਹੈ। ਅੰਦਰਲੀ ਅਮੀਰੀ ਦੀ ਲੋੜ ਹੈਗੀ ਹੈ। ਇਹ ਅੰਦਰਲੀ ਅਮੀਰੀ ਮੈਂ ਦੁਨੀਆ ਦੇ ਵਿੱਚ ਵੇਖਿਆ ਕੇਵਲ ਫਰਾਂਸ ਦੇ ਕੋਲ ਹੈ। ਫਰਾਂਸ ਬਹੁਤਾ ਵੱਡਾ ਵਿਸ਼ਾਲ ਦੇਸ਼ ਨਹੀਂ ਹੈ। ਫ੍ਰਾਂਸ ਜਿਹੜਾ ਬਹੁਤ ਅਮੀਰ ਦੇਸ਼ ਵੀ ਨਹੀਂ ਹੈ ਫ੍ਰਾਂਸ ਦੇ ਵਿੱਚ ਤੁਹਾਨੂੰ ਬੁਲਦੀਆਂ ਉੱਚੀਆਂ ਇਮਾਰਤਾਂ ਵੀ ਨਹੀਂ ਮਿਲਣਗੀਆਂ ਅਮੀਰੀ ਉਹਨਾਂ ਦੇ ਅੰਦਰ ਹੈ ਉਹ ਅੰਦਰੋਂ ਖੁਸ਼ਹਾਲ ਹਨ ਪੰਜਾਬੀਆਂ ਨੂੰ ਮੈਂ ਇਹ ਬੇਨਤੀ ਕਰਾਂਗਾ ਕਿ ਅੰਦਰੋਂ ਖੁਸ਼ਹਾਲ ਅੰਦਰੋਂ ਖੁਸ਼ਹਾਲ ਹੋਣ ਵਾਸਤੇ ਇੱਕ ਖਾਸ ਕਿਸਮ ਦਾ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ ਹੈਗੀ ਹੈ ਜਿਹੜਾ ਦਿਖਾਵੇ ਤੋਂ ਮੁਕਤ ਹੋਵੇ ਨਿੰਦਾ ਤੋਂ ਮੁਕਤ ਹੋਵੇ ਈਰਖਾ ਤੋਂ ਮੁਕਤ ਹੋਵੇ ਆਪਣੇ ਵਿਸ਼ਵਾਸ ਆਤਮ ਵਿਸ਼ਵਾਸ ਦੇ ਨਾਲ ਉਹ ਅੱਗੇ ਵਧਣ ਦਾ ਯਤਨ ਕਰਨ ਇਹ ਮੇਰੀ ਪੰਜਾਬੀਆਂ ਪ੍ਰਤੀ ਬੇਨਤੀ ਹੈ ਸਾਰਾ ਸੰਸਾਰ ਤੁਹਾਡਾ ਹੈ ਸਾਰੇ ਸੰਸਾਰ ਦੇ ਮਾਲਕ ਬਣ ਦਾ ਯਤਨ ਕਰੋ ਕੇਵਲ ਪੰਜਾਬ ਹੀ ਨਹੀਂ ਸਾਰਾ ਸੰਸਾਰ ਹੀ ਸਾਡਾ ਹੈ ਥੈਂਕ ਯੂ ਵੈਰੀ ਮਚ